ਸਾਲਾਂ 100 ਸਾਲਾਂ ਦੇ ਬਣਾਉਂਦੇ ਆ ਰਹੇ ਹਾਂ। ਇਸ ਵਾਰ ਕੀ ਕੁਝ ਖਾਸ ਰਹੇਗਾ ਰਾਮਨ ਦੇ ਵਿੱਚ, ਤੁਸੀਂ ਦਾ ਡਿਜ਼ਾਈਨ ਸਾਰਾ ਤੁਸੀਂ ਕਰਦੇ, ਕੀ ਕੁਝ ਖਾਸ ਰਹੇਗਾ? ਸਾਡਾ ਹਨੂਮਾਨ ਵੀ ਉੱਡੇਗਾ ਤੇ ਬਾਜ ਵੀ ਲੱਗੇਗਾ ਵੱਡੇ ਰਾਮਨ ਦੇ, 2 ਫੁੱਟ ਦੀ ਮੂਰਤੀ ਹੈ ਦੁਰਗਿਆਨਾ ਮੰਦਿਰ ਦੀ। 100 ਫੁੱਟ ਦਾ ਰਾਮਨ ਹੋਏਗਾ? 100 ਫੁੱਟ ਦਾ। ਤੇ ਆਰਡਰਾਂ ਦੀ ਗੱਲ ਕਰੀਏ, ਆਰਡਰ ਜਿਹੜੇ ਕਾਰਪੋਰੇਸ਼ਨ ਵਾਲੇ ਹੈਗੇ ਉਹਨਾਂ ਕੋਲ ਆਰਡਰ ਹੈਗਾ, ਜਾਂ ਜਿਨ੍ਹਾਂ ਦੀ ਆਪਣੇ ਮੰਦਿਰ ਦੀ ਸੰਸਥਾ ਹੈਗੀ ਉਹ ਆਰਡਰ, ਆਮ ਬੰਦਾ ਇਨਸਾਨ ਨਹੀਂ ਲਾ ਸਕਦਾ। ਕਾਰਨ ਜਿਹੜਾ ਕਾਂਡ ਹੋਇਆ 40 ਨੂੰ ਉਹਦੇ ਕਰਕੇ ਬੜੇ ਬਹੁਤ ਬੰਦਾ ਮਰਿਆ ਸੀ, ਉਹਦੇ ਕਰਕੇ ਇਹਨਾਂ ਨੇ ਬਹੁਤ ਕੰਮ ਕਢਾਇਆ ਹੈ। ਮਹਿੰਗਾਈ ਤਾਂ ਭਾਈ 2% ਤੁਹਾਨੂੰ 75% ਤਾਂ ਵੈਸੇ ਮਹਿੰਗਾਈ ਹੋ ਗਈ। ਸਾਡੇ ਕੋਲ 12-13 ਮੂਰਤੀਆਂ ਨੇ। ਆਰਡਰ ਤਾਂ ਸਾਡੇ ਕੋਲ ਹੈਗਾ ਵਾ ਤਰਨ ਤਾਰਨ, ਜੰਡਿਆਲਾ ਗੁਰੂ, ਢਿੱਲਵਾਂ, ਬਟਾਲਾ, ਕਾਦੀਆਂ। ਜਦੋਂ ਦੀ ਹੋਸ਼ ਸੰਭਾਲੀ ਉਦੋਂ ਦੀ ਅਸੀਂ ਲਾਈਨ 'ਚ ਡੈਡੀ ਉਹਨਾਂ ਨਾਲ, ਦਾਦਾ ਜੀ ਦੇ ਨਾਲ ਕਰਦੇ ਰਹੇ। ਤੇ ਦਾਦਾ ਜੀ ਪੂਰੇ ਹੋਏ, ਫਿਰ ਡੈਡੀ ਦੇ ਨਾਲ, ਡੈਡੀ ਦੇ ਨਾਲ ਹੁਣ ਭਰਾਵਾਂ ਦੇ ਨਾਲ, ਇੱਦਾਂ ਸਾਡੀ 5ਵੀਂ ਪੀੜ੍ਹੀ ਪੁੱਤਰੇ ਮੁੰਡੇ ਮੰਡੇ ਸਾਡੇ ਇਲਾਕੇ 5ਵੀਂ ਪੀੜ੍ਹੀ ਸਟਾਰਟ ਹੈ। ਹਨੂਮਾਨ ਜੀ ਦੀ ਕੋਸ਼ਿਸ਼ ਹੈਗੀ ਹੈ ਕਿ ਹਨੂਮਾਨ ਜੀ ਉੱਪਰ ਹਵਾ ਚ ਉਡਾਵਾਂਗੇ, ਉਹਨਾਂ ਦੀ ਫਲਾਈ ਕਰਾਵਾਂਗੇ ਉਹਨਾਂ ਦੀ। ਹਾਂ, ਐਸੀ ਜਿਸ ਤਰ੍ਹਾਂ ਗਰਾਊਂਡ ਚ, ਹਾਂ ਨਹੀਂ ਹਰ ਵਾਰ ਚੇਂਜ ਕਰ ਦੇਈਦਾ। ਚਲੋ ਆਸਾਮ ਤੋਂ ਦੁਕਾਨਦਾਰ ਲਿਆਂਦੇ, ਦੁਕਾਨਦਾਰ ਕੋ ਅਸੀਂ ਫਿਰ ਲਈਦਾ, ਫਿਰ ਉਹਨਾਂ ਦਾ ਰੇਟ ਆਪਣੇ ਆਪਣੇ, ਜੋ ਉਹਨਾਂ ਨੇ ਰੇਟ ਬੰਨਣਾ ਸਾਨੂੰ ਲੈਣਾ ਹੀ ਪੈਣਾ। ਨਹੀਂ ਹਿਮਾਚਲ ਦੇ ਬਾਂਸ ਨੀ ਕਾਮਯਾਬ। ਵਜ੍ਹਾ ਜੀ ਹੈ, ਇਹਨਾਂ ਨੂੰ ਇੱਕ ਸਾਲ ਚਿਰਾਈ ਅਸੀਂ ਕਰਾਂਗੇ, ਇੱਕ ਸਾਲ ਆਏਗੀ ਉਹਦੀ ਚਿਰਾਈ ਕਰਾਂਗੇ, ਹੋਰ ਪਾਸੇ ਤੇ ਜਾਏਗਾ ਹੋਰ ਪਾਸੇ। ਤੁਹਾਡਾ ਪੂਰਾ ਪਰਿਵਾਰ, ਬੱਚੇ, ਮਹਿਲਾਵਾਂ ਇਸੇ ਕੰਮ ਤੇ ਲੱਗੇ ਹੋਏ? ਸਭ ਇਸੇ ਕੰਮ ਤੇ ਲੱਗੇ, ਇੱਕ ਮਹੀਨੇ ਤੇ ਲੱਗ ਗਿਆ ਹੋ ਗਿਆ ਸਾਨੂੰ। ਇਹ ਦੁਸਹਿਰੇ ਵਾਲੇ ਦਿਨ ਹੀ ਵੇਲੇ ਆਵਾਂਗੇ। ਪਰਮਿਸ਼ਨਾਂ ਘੱਟ ਮਿਲ ਰਹੀ ਸਰ ਲੋਕਾਂ? ਪਰਮਿਸ਼ਨਾਂ ਕਰਕੇ ਕੰਮ ਘੱਟ ਗਿਆ।